ਵੈਬ ਟੀਵੀ ਵੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਦੋਸਤੋ ਰਣਜੀਤ ਸਿੰਘ ਜੋਸਨ ਅੱਜ ਅਸੀਂ ਪਹੁੰਚੇ ਹਾਂ ਜੰਡਿਆਲਾ ਗੁਰੂ ਨੇੜਲੇ ਰੇਲਵੇ ਟਰੈਕ ਦਿਵਦਾਸਪੁਰਾ ਵਿਖੇ ਜਿੱਥੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ 15 ਦਿਨ ਤੋਂ ਲਗਾਤਾਰ ਸੰਘਰਸ਼ ਵਿੜਿਆ ਹੈ ਇਸ ਰੇਲ ਲਾਈਨ ਨੂੰ ਪੂਰੀ ਤਰ੍ਹਾਂ ਠੱਪ ਕੀਤਾ ਹੈ ਆਓ ਅੱਜ ਗੱਲਬਾਤ ਕਰਦੇ ਹਾਂ ਸਦਸ ਜਗਵਿੰਦਰ ਸਿੰਘ ਸਬਰਾ ਕਿਸਾਨਾ ਗੁੱਣ ਨਾਲ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਜਿੰਦਾਬਾਦ 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 ਮੰਗ ਮੰਗ ਤੇ ਵੇਖ ਲਿਆ ਜੋਰ ਜਿਵਾਕੇ ਵੇਖਾਂਗੇ ਸਰਕਾਰਾਂ ਤੋਂ ਨਾ ਚੱਕ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚੱਕ ਕਰੋ ਆਪਣੀ ਰਾਖੀ ਆਪ ਕਰੋ ਗੱਲੀ ਲੜਨ ਵਾਲੇ ਲੋਕਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਰਵਿੰਦਰ ਸਿੰਘ ਸਿਭਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸਗਠਨ ਸਕੱਤਰ ਗੱਲ ਕਰ ਰਿਹਾ ਜੀ ਅੱਜ ਸਾਡਾ ਜਿਹੜਾ ਰੋਸ ਤਰਨਾ ਰੇਲਵੇ ਟਰੈਕ ਤੇ 15ਵੇਂ ਦਿਨ ਦੇ ਵਿੱਚ ਦਾਖਲਾ ਪੂਰੇ ਦੇਸ਼ ਦੀਆਂ ਜਿੱਥੇ ਬੰਦੀਆਂ ਅੰਦੋਲਨ ਦੇ ਵਿੱਚ ਕੁਦ ਰਹੀਆਂ ਵਾ ਜੋ ਕੁਝ ਵਰਤਾਰਾ ਖੱਟੜ ਸਰਕਾਰ ਨੇ 6 ਤਰੀਕ ਨੂੰ ਹਰਿਆਣੇ ਦੇ ਕਿਸਾਨਾਂ ਨਾਲ ਵਰਤਾਇਆ ਵਾ ਉਹਨਾਂ ਦੇ ਉੱਤੇ ਡਾਂਗਾਂ ਵਹਾਈਆਂ ਗਏ ਉਹਨਾਂ ਦੇ ਪਾਣੀ ਦੀਆਂ ਵਾਸ਼ਣਾ ਮਾਰੀਆਂ ਗਈਆਂ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਔਰ ਇੱਕ ਵਾਰੀ ਸਬਰ ਨਹੀਂ ਆਇਆ ਮਨੋਰ ਲਾਲ ਖੱਟੜ ਜੀ ਨੂੰ ਉਹਨਾਂ ਨੇ ਦੁਬਾਰਾ ਕੱਲ ਫੇਰ 10 ਵਜੇ ਦੇ ਕਰੀਬ ਦੁਬਾਰਾ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਇਹਦੀ ਅਸੀਂ ਪੁਰਜ਼ੋਰ ਸ਼ਬਦਾਂ ਦੇ ਨਿਖੇਧੀ ਕਰਦੇ ਹਾਂ ਕੱਲ ਇਹਨਾਂ ਦੇ ਪੁਤਲੇ ਫੂਕੇ ਖੱਟੜ ਜੀ ਦੇ ਵਿਰੋਧ ਕੀਤਾ ਅੱਜ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਪੂਰੇ ਦੇਸ਼ ਦਾ ਕਿਸਾਨ ਇੱਕ ਜਿਹੜੀ ਸਾਨੂੰ ਕੇਂਦਰ ਸਰਕਾਰ ਨੇ ਅੱਜ ਦੀ ਮੀਟਿੰਗ ਵਾਸਤੇ ਲੈਟਰ ਭੇਜੀ ਸੀ ਉਸ ਲੈਟਰ ਨੂੰ ਅਸੀਂ ਬੇਧਿਆਨਾ ਕਰਕੇ ਮੁਕੰਮਲ ਤੌਰ ਤੇ ਉਹ ਲੈਟਰ ਦੀ ਅਸੀਂ ਨਖੇਦੀ ਕੀਤੀ ਆ ਕਿ ਇੱਕ ਤਰਫ ਪੰਜਾਬ ਦੇ ਕਿਸਾਨਾਂ ਨੂੰ ਲੈਟਰ ਭੇਜ ਕੇ ਮੀਟਿੰਗ ਵਾਸਤੇ ਸੱਦਿਆ ਜਾ ਰਿਹਾ ਦੂਸਰੀ ਤਰਫ ਜਿਹੜਾ ਵਾ ਉਹ ਹਰਿਆਣੇ ਦੇ ਕਿਸਾਨਾਂ ਦੇ ਤਸ਼ੱਦਦ ਟਾਇਆ ਜਾ ਰਿਹਾ ਜਦੋਂ ਕਿ ਉਹਨਾਂ ਨੂੰ ਮੀਟਿੰਗ ਦੇ ਵਿੱਚ ਵੀ ਨਹੀਂ ਬੁਲਾਇਆ ਗਿਆ ਅਸੀਂ ਕਿਹਨੇ ਸਾਰੇ ਦੇਸ਼ ਦੇ ਕਿਸਾਨ ਮਜ਼ਦੂਰ ਜਿਹੜੇ ਆ ਉਹ ਮੀਟਿੰਗ ਦੇ ਵਿੱਚ ਬੁਲਾਏ ਜਾਣ ਔਰ ਸਿਹਰਦਤਾ ਦੇ ਨਾਲ ਇਹਦੇ ਤੇ ਵਿਚਾਰ ਹੋਵੇ ਮੋਦੀ ਜੀ ਲੰਮੀ ਸੋਚਣ ਕਿਉਂਕਿ ਇਥੋਂ ਦਾ 80% ਜਿਹੜਾ ਕਿਸਾਨ ਤੇ ਮਜ਼ਦੂਰ ਆ ਉਹ ਖੇਤੀ ਧੰਦੇ ਦੇ ਵਿੱਚ ਪਿਆ ਆਵਾ ਜਿੰਨਾ ਚਿਰ ਤਾਂ ਕਿਸਾਨ ਮਜ਼ਦੂਰ ਨੂੰ ਮਨ ਲਾ ਅਸੀਂ ਇਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਦਾ ਮਾਨਸਿਕ ਪੱਧਰ ਤੇ ਮਤਲਬ ਇਹ ਨਾ ਕੀ ਕੀਤਾ ਵੀ ਸੱਚੀ ਮੁੱਚੀ ਬਿੱਲ ਉਹਨਾਂ ਦੇ ਹੱਕ ਦੇ ਵਿੱਚ ਆ ਤੇ ਉਹਨਾਂ ਚਿਰ ਗੱਲ ਨਹੀਂ ਬਣਨੀ ਕਹਿ ਰਿਆ ਭਾਜਪਾ ਵਾਲੇ ਲੋਗ ਵੀ ਬਿੱਲ ਪੂਰੀ ਤਰ੍ਹਾਂ ਕਿਸਾਨਾਂ ਦੇ ਹੱਕ ਦੇ ਵਿੱਚ ਆ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਬਿੱਲ ਵਾ ਸਿਰਫ 6% ਖਰੀਦ ਜਿਹੜੀ ਆ ਉਹ ਦੇਸ਼ ਦੇ ਵਿੱਚ ਸਰਕਾਰੀ ਹੁੰਦੀ ਆ 94% ਖਰੀਦ ਪਹਿਲਾਂ ਹੀ ਪ੍ਰਾਈਵੇਟ ਹੋ ਰਹੀ ਆ ਉਹਨਾਂ ਪ੍ਰਾਈਵੇਟ ਖਰੀਦ ਅਦਾਰਿਆਂ ਦਾ ਉਹ ਤਾਂ ਮਾਲੂਮ-ਮਾਲ ਹੋਏ ਪਿਆ ਪਰ ਜਿਨ੍ਹਾਂ ਨੇ ਪ੍ਰਾਈਵੇਟ ਫਸਲਾਂ ਵੇਚੀਆਂ ਵਾਂ ਉਹਨਾਂ ਕੋਲੋਂ ਇੱਕ ਵਾਰ ਹਾਲ ਪੁੱਛ ਲੋ ਵੀ ਪ੍ਰਾਈਵੇਟ ਦਾ ਕੀ ਹਾਲ ਆ ਕਰਜ਼ੇ ਦੀਆਂ ਪੰਡਾਂ ਉਹਨਾਂ ਦੇ ਵੱਜੀਆਂ ਵਾਂ ਉਹ ਲਗਾਤਾਰ ਖੁਦ ਕਿਛ ਗਿਆ ਕਰ ਰਿਆ ਅਸੀਂ ਕਹਿਣਾ ਚਾਹੁੰਦੇ ਆ ਵੀ ਸਰਕਾਰ ਜਨਤਕ ਅਦਾਰਿਆਂ ਤੇ ਆਪਣਾ ਕੰਟਰੋਲ ਰੱਖੇ ਪ੍ਰਾਈਵੇਟ ਜੱਗ ਦਾ ਇੱਥੇ ਬੋਲਬਾਲਾ ਆ ਉਹਨਾਂ ਦੇ ਘਰ ਤਾਂ ਪਰਣਗੇ ਮਾਲੂਮ-ਮਾਲ ਹੋਣਗੇ ਪਰ ਕਿਸਾਨਾਂ ਮਜ਼ਦੂਰਾਂ ਦਾ ਖਪਤਕਾਰਾਂ ਦਾ ਬਹੁਤ ਬੁਰਾ ਹਾਲ ਹੋ ਜੂਗਾ ਇਸ ਕਰਕੇ ਅਸੀਂ ਇਸ ਅੰਦੋਲਨ ਨੂੰ ਕਿ 11 ਤਰੀਕ ਤੱਕ ਹੋਰ ਵਧਾ ਦਿੱਤਾ ਵਾ ਤੇ ਕਾਰਪੋਰੇਟ ਜਗ ਦਾ ਮੁਕੰਮਲ ਬਾਈਕਾਰਡ ਕਰਾਉਣ ਦਾ ਜਿਹੜਾ ਸੱਦਾ ਦਿੱਤਾ ਉਹਦੇ ਅਸਰ ਵੀ ਵੇਖਣ ਨੂੰ ਮਿਲ ਰਹੇ ਆ ਪਲਾਜੇ ਬੰਦ ਨੇ ਸ਼ਿਮਾ ਲੋਕ ਧੜਾ ਧੜ ਕੱਢ ਰਹੇ ਨੇ ਪੰਪਾਂ ਤੇ ਤੇਲ ਨਹੀਂ ਪੋਇਆ ਜਾ ਰਿਹਾ ਮੋਲਾਂ ਦੇ ਵਿੱਚ ਲੋਕ ਘਟ ਜਾ ਰਿਹਾ ਸੋ ਅਸੀਂ ਚਾਹੁੰਦੇ ਆ ਕਿ ਕਾਰਪੋਰ ਜਗਤ ਨੂੰ ਵੱਧ ਤੋਂ ਵੱਧ ਆਰਥਿਕ ਨੁਕਸਾਨ ਜਿਹੜਾ ਵਾ ਉਹ ਦੇਸ਼ ਦੇ ਲੋਕ ਉਹਨਾਂ ਪਹੁੰਚਾਉਣਗੇ ਜਿਹੜੀ ਗੱਲ ਮੋਦੀ ਜੀ ਕਹਿ ਰਿਹਾ ਵੀ ਇਹ ਬੜੀ ਵਧੀਆ ਸਕੀਮ ਲੈ ਕੇ ਆਏ ਆ ਇਹ ਬਿੱਲ ਜਿਹੜੇ ਆ ਕਾਂਗਰਸ ਪਾਸ ਨਹੀਂ ਕਰ ਸਕੀ ਉਹਨਾਂ ਦੀ ਜ਼ਰਤ ਨਹੀਂ ਪਈ ਮੈਂ ਪਾਸ ਕਰ ਦਿੱਤੇ ਆ ਅਸੀਂ ਕਹਿੰਨੇ ਆ ਵੀ ਦੂਸਰੀ ਟਰਮਾਂ ਮੋਦੀ ਜੀ ਦੀ ਲੋਕਾਂ ਨੇ ਉਹਨਾਂ ਨੂੰ ਮਾਨਤਾ ਦਿੱਤੀ ਦੂਸਰੀ ਵਾਰ ਪਰ ਜੇ ਕਿਤੇ ਇਹਨਾਂ ਬਿੱਲਾਂ ਤੇ ਬੈਗਰ ਲਾ ਕੇ ਪਿੱਛੇ ਨਾ ਗਏ ਮੋਦੀ ਜੀ ਔਰ ਦੇ ਸਮੇਂ ਦੇ ਜਦੋਂ ਇਤਿਹਾਸ ਲਿਖਿਆ ਜਾਊਗਾ ਉਦੋਂ ਪੂਰਨ ਤੌਰ ਤੇ ਮੋਦੀ ਨੂੰ ਫੇਲ ਜਿਹੜਾ ਵਾ ਸ਼ਾਸਕਾ ਉਹ ਕੋਸ਼ਤ ਕੀਤਾ ਜਾਊਗਾ ਕਿ ਇਹ ਬੁਰੀ ਤਰ੍ਹਾਂ ਫੇਲ ਹੋਇਆ ਜਿਨ੍ਹਾਂ ਨੇ ਕਿਸਾਨਾਂ ਮਜ਼ਦੂਰਾਂ ਦੀ ਮਤਲਬ ਤਬਾਈ ਕਰਨ ਵਾਸਤੇ ਉਹਨਾਂ ਦੇ ਮੌਤ ਦੇ ਵਾਰੰਟਾਂ ਦੇ ਉੱਤੇ ਸਾਈਨ ਕਰਕੇ ਕਾਰਪੋਰੇਟ ਹਵਾਲੇ ਕਰਤਾ ਸਾਰਾ ਕੁਝ ਐਸ ਕਰਕੇ ਮੋਦੀ ਜੀ ਤੇ ਦੁਬਾਰਾ ਫੇਰ ਸੋਚਣ